ਕੱਲ ਵੀ ਥੱਤੇ ਸ਼ੁਰੂ ਹੋ ਜਾ ਅਸੀਂ ਆਪਣੇ ਥਤਾ ਨਾ ਕਿ ਅਕੜ ਉਹ ਛੱਡੋ ਪਾਇਨ ਤੁਸੀਂ ਇਹ ਦੱਸੋ ਪਾਕਿਸਤਾਨ ਨੂੰ ਕਿਹੜਾ ਸਬਕ ਸਿਖਾਉਣਾ ਤੁਸੀਂ ਮੈਂ ਚੁੱਪ ਕਾਕਾ ਨੂੰ ਨਾ ਮਿਲਾਂ ਕੱਦਣਾ ਜਨਰਲ ਸਾਹਿਬ ਤੁਹਾਨੂੰ ਪਤਾ ਨਾ ਉਹ ਫੌਜ ਕਿੱਦਾਂ ਦੀ ਹੈ ਮੈਨੂੰ ਪਤਾ ਸਾਰੇ ਆਨੇ ਮੱਜ ਜਾਣਾ ਤੇ ਫੇ ਕਿਉਂ ਪੰਗਾ ਲੈ ਰਹੇ ਆਂਦੇ ਜੇ ਉੱਤੋਂ ਆਡਿਟ ਆ ਗਏ ਨਹੀਂ ਹਮਲਾ ਤੁਸੀਂ ਕਿਸ ਟਾਈਮ ਕਰੋਗੇ ਮੈਨੂੰ ਇਹ ਦਰਾਂ ਦੱਸੋ ਰਾਤ ਨੂੰ ਕਰਾਂਗੇ ਰਾਤ ਨੂੰ ਹਮਲਾ ਕਰਨ ਦੀ ਕੀ ਵਜ੍ਹਾ ਜੀ ਉਸ ਆੜੇ ਤੇ ਹੋਣਗੇ ਅੱਛਾ ਫੇਰ ਅਸੀਂ ਅਮਲਾ ਕਰਾਂਗੇ ਉਹ ਪਾਜਨੋ ਪਾਕਿਸਤਾਨੀ ਫੌਜ ਆ ਕੋ ਮਜ਼ਦੂਰ ਨਹੀਂ ਵੀ ਜਿਹੜੇ ਸਾਰੀ ਤੁਹਾਡੀ ਮਜ਼ਦੂਰੀ ਕਰ ਕਰ ਆਨ ਨੂੰ ਸੁੱਤੇ ਹੁੰਦੇ ਐ ਫੇਰ ਕਿ ਅੜੀਏ ਫੇਰ ਕੁਝ ਹੋਰ ਸੋਚੋ ਅਛੁੱਟੀ ਵਾਲੇ ਦਿਨ ਅਮਲਾ ਕਰਾਂਗੇ ਉਹ ਕਾ ਤੋ ਛੁੱਟੀ ਆਲ ਦੇਣ ਕਿਉ ਉਹ ਸਾੜੇ ਛੁੱਟੀ ਤੇ ਹੋਣਗੇ ਹੱਦ ਹੁੰਦੀ ਯਾਰ ਵੈਸੇ ਹੁਣ ਕੀ ਹੋਇਆ ਇਹ ਟੋਪੀ ਦੀ ਪਰਲੀ ਸਾਈਡ ਤੇ ਕੰਨੀ ਬਨੋ ਉਰੇ ਨੂੰ ਉਲਰੀ ਜਾ ਰਹੀ ਹੈ ਇੱਥੇ ਟੋਪੀ ਪਿੰਦੀ ਉਹ ਯਾਰ ਹਮਲੇ ਦਾ ਦੱਸੋ ਕਿੱਦਾਂ ਕਰਨਾ ਫਿਰ ਮੈਂ ਜਾ ਕੇ ਕਹੂੰ ਮੇਰੇ ਕੋਲੋਂ ਹਮਲਾ ਕਰਾ ਲਓ ਮਿਹਰਬਾਨੀ ਹਾਂ ਤੇ ਉਹਨਾਂ ਨੇ ਕਿਹਾ ਉੱਥੇ ਪਰੇ ਹੋ ਕੇ ਕਰ ਲੈ ਮੈਂ ਕਹੂੰ ਮੈਨੂੰ ਹੱਲੇ ਨਹੀਂ ਆਇਆ ਯਾਰ ਕਿੱਦਾਂ ਕਰਨਾ ਦੱਸੋ ਇੱਥੇ ਸਮਝ ਨਹੀਂ ਆਉਂਦੀ ਤੇ ਸੋਚੋ ਫਿਰ ਤੂੰ ਦਾ ਕਿੱਦਾਂ ਕਰਾਂ ਚਲੋ ਮੈਂ ਵੀ ਸੋਚਦਾ ਆ ਸੋਚ ਤੁਸੀਂ ਇੱਕ ਕੰਮ ਕਰੋ ਤੁਸੀਂ ਨਾ ਪਹਿਲੇ ਇਕੱਲੇ ਜਾਓ ਅੱਛਾ ਫਿਰ ਫੇਰ ਉਹਨਾਂ ਕੋ اجازت ਲਵੋ ਹਮਲੇ ਦੀ ਉਹਨਾਂ ਨਾ ਦਿੱਤੀ ਉਹ ਤੁਸੀਂ ਕੋਸ਼ਿਸ਼ ਤਾਂ ਕਰਨਾ ਨਾ ਯਾਰ ਏਦਾਂ ਉਹਨਾਂ ਨੂੰ ਗੁੱਸਾ ਛੱਡ ਜਾਣਾ ਯਾਰ ਫੇਰ ਏਦਾਂ ਤਾਂ ਨਹੀਂ ਫੇਰ ਹਮਲਾ ਹੋਣਾ ਯਾਰ ਇੱਕ ਹੋਰ ਤਰੀਕਾ ਉਹ ਕੀ ਟੰਬਾ ਮਾਰ ਦਿੰਨੇ ਆ ਉਹ ਤੁਹਾਡੇ ਨਾਲੋਂ ਬਹੁਤਾ ਅੱਛਾ ਉਹਨਾਂ ਦੇ ਕੋਲ ਆ ਚੱਲ ਫੇਰ ਰਹਿਣ ਦਿੰਨੇ ਆ ਆਹੋ ਇੱਕ ਹੋਰ ਤਰੀਕਾ ਕੀ ਜੀ ਉਹ ਵੀ ਦੱਸ ਲੋ ਉਹਨਾਂ ਉਹਨਾਂ ਜੀ ਕੀ ਇਟਾ ਮਾਰਾਂਗੇ ਜੁਰਖ ਲੋਕੇ ਹਾਂ ਤੇ ਉਹ ਕੋ ਕੈਚ ਕਰੀ ਜਾਣਗੇ ਯਾਰ ਵੇ ਤੂੰ ਕਿੱਥੇ ਪਾਤੀ ਆ ਤੇ ਸਹੀ ਇਹ ਮੂੰਹ ਤੇ ਰੀ ਬੰਜਾ ਕਾਦਾ ਚੜਾਇਆ ਵਰਦੀ ਆ ਇਹ ਕਿਹੜੀ ਵਰਦੀ ਹੈ ਕੀ ਇਹਨੂੰ ਨਹੀਂ ਕੀ ਠੋਡੀ ਥਲੇ ਡੇਕ ਪੈਂਦੀ ਤੁਹਾਡੀ ਇੱਕ ਹੋਰ ਤਰਕੀਬ ਆਈ ਆ ਜਿੰਨੀਆਂ ਮਰਜ਼ੀ ਤੁਸੀਂ ਤਰਕੀਬਾਂ ਸੋਚ ਲਓ ਹੋਣੀ ਸੜਨਾ ਉੱਤਿਆਂ ਲਈ ਉਹ ਹਮਲਾ ਕਿੱਦਾਂ ਕਰਨਾ ਅੰਦੇ ਮੈਂ ਨਹੀਂ ਕਰਨਾ ਇਹ ਕਾਲਾ ਜਿਹਾ ਫੌਜੀ ਇਹ ਕੌਣ ਆ ਤੁਹਾਡੇ ਨਾਲ ਖੜਾ ਅੱਛੀ ਆਂਦਾ ਮੁੰਡਾ ਤੇਥੇ ਕਰਦਾ ਬੈਂਡ ਹੋ ਜਾਂਦਾ ਇਹਨੇ ਵੀ ਹਮਲਾ ਕਰਨਾ ਨਾਲ ਇਹਨੂੰ ਪਹਿਲੇ ਟ੍ਰਾਈ ਦੇ ਤੌਰ ਤੇ ਭੇਜਾਂਗੇ ਕੀ ਕਰਨ ਮੁਖਬਰੀ ਤੇ ਜੇ ਫੜਿਆ ਗਿਆ ਉਹਨਾਂ ਨੇ ਮਾਰਤਾ ਫੇਰ ਮਦਨ ਮੇ ਕੋ ਏਦਾਂ ਦਾ ਕੋ ਹੋਰ ਵੀ ਆਗਾ ਵਾ ਯਾਰ ਹੁਣ ਕੀ ਕਰਨਾ ਫਿਰ ਯਾਰ ਕਰਨਾ ਕੁ ਵੀ ਨਹੀਂ ਤੇ ਫਿਰ ਐਵੇਂ ਹੀ ਬਸ ਤੁਹਾਨੂੰ ਪਤਾ ਨਾ ਪਾਕਿਸਤਾਨੀ ਫੌਜ ਦਾ ਆ ਯਾਰ ਮੈਨੂੰ ਪਤਾ ਵਾ ਡਰ ਨਹੀਂ ਲੱਗਦਾ ਉਹਨਾਂ ਕੋ ਬਹੁਤ ਲੱਗਦਾ ਵਾ ਤੇ ਫਿਰ ਚੜ ਦੇਣ ਯਾਰ ਫੇਕ ਕਰ ਜਾਈ